أعوذ بالله من الشيطان الرجيم. بسم الله الرحمن الرحيم. السلام عليكم ورحمة الله وبركاته. امتیاز علی سنگھی اج نویں ولاد نال ساری خدمت حاضر ہے. امید کرنا سارے دوستی ٹھاک ہونگے, سارے راضی ہو جائیں گے, سارے اپنے پیار نال پیار ونڈتے ہوئے ہاں, اپنے معمول زندگی نو صحیح طرح گزار رہے ہوں گے. لو سجنوں ویلے دوستو, اج نویں ولاگ دا اسیں کرنے ہاں آغاز. تے نواں ولاگ ساڈا جڑا او اے ہی ہے کہ جس طرح کہ تانوں تسی ویکھ رہے ہو کہ میں آڑی تے آیا ہاں, تے آڑی میرے بالکل قریب ہے گھر دے, تے پودے وڈے سن اپنے, ਤੇ ਪੌਦੇ ਵੱਢ ਕੇ ਤੇ ਰੱਖੇ ਨੇ ਦਰਖਤ, ਤੇ ਉਹਨਾਂ ਵਾਸਤੇ ਅਸੀਂ ਮੁਰਗੀਆਂ ਦਾ ਤੇ ਜਨਾਬ ਤੋਤਿਆਂ ਦਾ ਪਿੰਜਰਾ ਬਣਵਾਉਂਦੇ ਹਾਂ. ਉਹਦੇ ਵਾਸਤੇ ਲੱਕੜੀ ਚੁਰਾਉਂਦੇ ਹਾਂ ਆੜੀ ਕੋਲ, ਠੀਕ ਹੈ ਜੀ, ਆੜੀ ਵਾਲੇ ਕੋਲ ਲੱਕੜੀ ਚੁਰਾਉਂਦੇ ਹਾਂ. ਤੁਸੀਂ ਰਹਿਣਾ ਸਾਡੇ ਨਾਲ ਨਾਲ, ਸਾਡੇ ਚੈਨਲ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਦੇ ਬਟਨ ਦਬਾਓ, ਦੋਸਤਾਂ ਨਾਲ ਕਰੋ ਸ਼ੇਅਰ, ਤੇ ਇਨਸ਼ਾਅੱਲਾ ਲੱਕੜੀ ਚੀਰਦੇ ਹਾਂ, ਫਟੀਆਂ ਚੀਰਦੇ ਹਾਂ, ਉਹਦੀਆਂ ਲੜਾਂ ਕੱਢਦੇ ਹਾਂ, ਯਾਨੀ ਕਿ ਉਹਦੇ ਮਾਮਲਾਤ ਮੁਕੰਮਲ ਸਮਾਨ ਲੱਕੜੀ ਦਾ ਇੱਥੇ ਚੁਰਾਉਂਦੇ ਹਾਂ. ਲੱਕੜੀ ਸਾਡੀ ਆਪਣੀ ਹੈ, ਆਪਣੇ ਪੌਦੇ ਆਪਣੀ ਪੈਲੀ 'ਚੋਂ ਖੇਤ 'ਚੋਂ ਲੈ ਕੇ ਆਏ ਹਾਂ, ਅਤੇ ਤੁਸੀਂ ਸਾਡੇ ਨਾਲ ਨਾਲ ਰਹੋ, ਤਾਂ ਇਨਸ਼ਾਅੱਲਾ ਤੁਹਾਨੂੰ ਵਿਖਾਉਂਦੇ. ਜਿਸ ਤਰ੍ਹਾਂ ਕਿ ਵੀਰ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਇਹ ਲੱਕੜੀਆਂ ਨੇ ਆਪਣੀਆਂ, ਕੁਛ ਇਹ ਇਹਨਾਂ ਨੇ ਚੀਰ ਦਿੱਤੀਆਂ ਨੇ, ਚੀਰ ਰਹੇ ਨੇ ਮਾਸ਼ਾਅੱਲਾ ਅਲਹਮਦੁਲਿਲਾ, ਠੀਕ ਹੈ ਜੀ. ਕੁਛ ਉਹ ਬਾਲਣ ਕੱਢ ਦਿੱਤਾ, ਇਹ ਵਾ ਜੀ ਬਾਲਣ, ਠੀਕ ਹੈ, ਅਤੇ ਇਹ ਇਹਨਾਂ ਨੇ ਕੱਢੀਆਂ ਨੇ ਲੜਾਂ, ਠੀਕ ਹੈ, ਕੋਈ ਪਾਵੇ ਲਾਵਾਂਗੇ, ਕੋਈ ਫੱਟੀਆਂ ਕੱਢਦੇ ਹਾਂ, ਅਤੇ ਤੁਸੀਂ ਰਹਿਣਾ ਸਾਡੇ ਨਾਲ ਨਾਲ, ਇਨਸ਼ਾਅੱਲਾ ਇਨਸ਼ਾਅੱਲਾ ਤੁਹਾਡੇ ਨਾਲ ਅੱਛੀ ਗੁਫ਼ਤਗੂ ਕਰਾਂਗੇ, ਅੱਛੀ ਤਰ੍ਹਾਂ ਤੁਹਾਡੇ ਨਾਲ ਸ਼ੇਅਰਿੰਗ ਕਰਾਂਗੇ, ਸੋਹਣੇ ਤਰੀਕੇ ਨਾਲ ਤੁਹਾਨੂੰ ਅਸੀਂ ਵਲਾਗ ਬਣਾ ਕੇ ਦੇਣੇ ਹਾਂ. ਵੱਡੀਆਂ ਲੱਕੜਾਂ ਨੇ ਸਾਡੀਆਂ, ਸਾਡੀ ਇੱਕ ਇਹ ਦਰੇਕ ਦਾ ਦਰਖਤ ਹੈ, ਠੀਕ ਹੈ ਜੀ, ਇੱਕ ਇਹ ਪੌਦਾ ਦਰਖਤ ਸਾਡਾ, ਬਾਕੀ ਇਹ ਬਰੀਕ ਜਿੰਨੇ ਵੀ ਨੇ ਸਾਡੇ ਨੇ, ਅਤੇ ਉਹ ਜਿਹੜੇ ਜਵਾਨ ਕੱਢਣ ਡਿਆ ਉਹ ਵੀ ਸਾਡੇ ਨੇ, ਠੀਕ ਹੈ ਜੀ. ਇਹ ਵੀ ਦੋਸਤੋ ਕੱਢੀਆਂ ਨੇ ਫੱਟੀਆਂ, ਫੱਟੀ ਨਮਾਲ ਇਹ ਵੀ ਫੱਟੀਆਂ ਬਣਾਉਣਗੇ, ਅਸਾਂ ਉਹਨਾਂ ਨੂੰ ਵੰਡ ਕੱਢ ਕੇ ਦੱਸ ਰਹੀ ਹੈ,
ਕਿ ਜਨਾਬ ਸਾਨੂੰ ਅਸਾਂ ਬਣਾਉਣਾ ਤੋਤਿਆਂ ਦਾ ਘਰ ਲੱਕੜੀ ਦਾ ਜਾਲੀ ਲਾ ਕੇ, ਸਾਨੂੰ ਉਹਦੇ ਵਾਸਤੇ ਮਟੀਰੀਅਲ ਬਣਾ ਦਿਉ, ਕਿਉਂਕਿ ਮੁੱਲ ਲਾਂਗੇ ਤਾਂ ਬਹੁਤ ਮਹਿੰਗਾ ਪਏਗਾ, ਬਹੁਤ ਮਹਿੰਗਾ ਪਏਗਾ। ਉਹ ਮੁਫਤੀ ਵੰਡ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ, ਵੰਡ ਦੀਆਂ ਕਿਤੇ ਪਾਏ, ਕਿਤੇ ਜਨਾਬ ਚਗਾਠ, ਕਿਤੇ ਫਟੀਆਂ, ਉਹ ਸਾਨੂੰ ਕੱਢ ਕੇ ਦੇਣਗੇ ਇਨਸ਼ਾਅੱਲਾ। ਜਿਸ ਤਰ੍ਹਾਂ ਕਿ ਤੁਸੀਂ ਮੇਰੀ ਵੈਬਸਾਈਟ 'ਤੇ ਦੇਖਦੇ ਹੋ, ਜਨਾਬ ਬੜੇ ਹੀ ਪਿਆਰੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਜਨਾਬ ਕਾਰੀਗਰ ਨੇ ਅਤੇ ਸਾਡੇ ਮੁਕਾਮੀ ਨੇ ਦੁਕਾਨਦਾਰ, ਅਤੇ ਇਹ ਅੰਦਰ ਹਰਿਆਲੀ ਆਪਣੀ ਦੁਕਾਨ ਦੇ ਅੰਦਰ ਲਾਈ ਆ, ਠੀਕ ਹੈ ਨਾ। ਬਾਕੀ ਇਹ ਵੀ ਇਹਨਾਂ ਕੋਲ ਮਟੀਰੀਅਲ ਪਿਆ ਲੱਕੜੀ ਦਾ, ਇਹਨਾਂ ਨੇ ਮੁਫਤ ਦੀ ਧਾਤਾਂ ਤਿਆਰ ਕਰਨੀ ਹੁੰਦੀ ਨੇ, ਬੈੱਡ ਤਿਆਰ ਕਰਨੇ ਹੁੰਦੇ, ਇੱਕ ਇਹ ਵੀ ਇਹਨਾਂ ਦੀ ਮਸ਼ੀਨ ਹੈ, ਠੀਕ ਹੈ ਜੀ। ਇਹਨੂੰ ਡੰਡਾ ਮਸ਼ੀਨ ਕਹਿੰਦੇ ਨੇ, ਉਹ ਨਹੀਂ ਇੱਕ ਕਟਰ ਮਸ਼ੀਨ ਕਹਿੰਦੇ ਨੇ। ਪਾਣੀ ਦਾ ਕੂਲਰ ਭਰ ਕੇ ਰੱਖਿਆ, ਚਾਰ ਪਏ ਰੱਖੀ ਹੈ, ਕੁਦਰੀ ਸਾਈਡ 'ਤੇ ਮਟੀਰੀਅਲ ਰੱਖਿਆ ਆਪਣੀ, ਇਹਨਾਂ ਨੇ ਸੇਫ ਵੀ ਬਣਾ ਕੇ ਰੱਖੀ ਹੈ ਜਿਹਦੇ ਵਿੱਚ ਸਮਾਨ ਆਪਣਾ ਰੱਖਦੇ ਨੇ, ਠੀਕ ਹੈ ਜੀ। ਇਹ ਉੱਪਰ ਪੰਖਾ ਵੀ ਜਨਾਬ ਲੱਗਿਆ, ਪੰਖਾ ਠੰਡਕ ਦੇਣ ਵਾਸਤੇ, ਕਿਆ ਬਾਤ ਹੈ, ਕਿਆ ਕਮਾਲ ਹੈ। ਇਹ ਜੀ ਸਾਡੀਆਂ ਫਟੀਆਂ ਲੜਾਂ ਅਤੇ ਪਾਏ ਤੋਤਿਆਂ ਦੇ ਅਤੇ ਮੁਰਗੀਆਂ ਦੇ ਜਿਹੜੇ ਘੋਂਸਲੇ ਬਣਾਉਂਦੇ ਨੇ ਨਾ ਅਸੀਂ ਪਿੰਜਰੇ, ਉਹਨਾਂ ਵਾਸਤੇ ਅਸੀਂ ਕੱਢ ਲਿਆ, ਅਤੇ ਉੱਪਰਲੀ ਸਾਈਡ ਸਾਡਾ ਬਾਲਣ ਪਿਆ ਹੋਇਆ, ਅਤੇ ਮਜ਼ੀਦ ਵੀ ਆ ਜਿਹੜਾ ਜਿਹੜਾ ਪੌਦਿਆਂ ਦੀਆਂ ਪਈਆਂ ਨੇ ਬਾਲਣ ਪਿਆ। ਇਹ ਨਿਜ਼ਾਮ ਆਪਣਾ ਪੌਦਾ ਲਾਇਆ ਹੋਇਆ ਅਤੇ ਦੋਸਤੋ ਇਸ ਤਰ੍ਹਾਂ ਦਾ ਨਿਜ਼ਾਮ ਸੌਖਾ ਹੋ ਜਾਂਦਾ, ਉਸ ਤਰ੍ਹਾਂ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਬਹੁਤ ਹੀ ਮਹਿੰਗਾ ਪੈ ਜਾਂਦਾ ਇਹ ਕੰਮ, ਠੀਕ ਹੈ ਜੀ। ਲੱਕੜੀ ਅਸੀਂ ਚਲਾ ਲਈ ਹੈ ਪਿੰਜਰੇ ਵਾਸਤੇ, ਅਤੇ ਸਾਹਿਬਜ਼ਾਦੇ ਨੂੰ ਲੈਣ ਵਾਸਤੇ, ਹਾਫਜ਼ ਸਾਹਿਬਾਨ ਨੂੰ ਲੈਣ ਵਾਸਤੇ ਮੈਂ ਮਦਰੱਸਿਆ ਆ ਗਿਆ, ਅਤੇ ਮਦਰੱਸਿਆ ਆ ਕੇ ਪਤਾ ਚੱਲਿਆ ਕਿ ਛੋਟਾ ਸਾਹਿਬਜ਼ਾਦਾ ਤਾਂ ਚਲਾ ਗਿਆ, ਅਤੇ ਵੱਡਾ ਮਾਸ਼ਾਅੱਲਾ ਅਲਹਮਦੁਲਿਲਾ ਆ ਗਿਆ ਜਨਾਬ, ਉਹਦੇ ਕਾੜੀ ਸਾਹਿਬ ਨੂੰ ਕਾਲ ਕੀਤੀ ਹੈ। ਵਾਲੇਕੁਮ ਸਲਾਮ। ਅਤੇ ਉਹ ਨਿੱਕਾ ਕਿੱਥੇ ਹੈ? ਸਾਵਲ ਪਹਿਲੇ ਛੁੱਟੀ ਹੋ ਗਈ, ਉਹ ਚਲਾ ਗਿਆ, ਸਾਵਲ ਚਲਾ ਗਿਆ, ਬੜੀ ਗੱਲ ਹੈ। ਚਲੋ ਲਓ ਜੀ, ਅਸੀਂ ਹੁਣ ਚੱਲਦੇ ਹਾਂ, ਅਤੇ ਚੱਲ ਕੇ ਅਤੇ ਆਪਣੇ ਸਮਾਨ ਨੂੰ ਸਮੇਟੀਏ, ਬਾਕੀ ਮਾਮਲਾ ਤੁਸੀਂ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਦੇ ਹਾਂ। ਅੱਬੂ ਜੀ ਨੇ ਜਨਾਬ ਜਿਹੜੀਆਂ ਫਟੀਆਂ ਸਨ ਉਹ ਤਾਂ ਉਹਨਾਂ ਨੇ ਸਮੇਟ ਲਈਆਂ ਨੇ, ਤਕਰੀਬਨ ਉਹ ਸਿਰ 'ਤੇ ਹੀ ਲੈ ਗਏ ਨੇ। ਮੈਂ ਕਿਹਾ ਅਸਾਂ ਜ਼ਰਾ ਅੱਡੇ 'ਤੇ ਕੰਮ, ਨਾਲ ਇਹਨਾਂ ਨੂੰ ਹਾਫਜ਼ਾ ਨੂੰ ਲੈਣ ਆ ਗਿਆ। ਅੱਬੂ ਨੇ ਮਗਰੂ ਜਨਾਬ ਉਹ ਥੋੜ੍ਹੀ ਥੋੜ੍ਹੀਆਂ ਕਰਕੇ ਘਰ ਲੈ ਗਏ ਨੇ, ਹੁਣ ਰੇਹੜੀ ਦੇਖ ਕੇ ਆਇਆ ਕਿ ਰੇਹੜੀ 'ਚ ਪਾਓ ਤੁਸੀਂ, ਅਤੇ ਅਸੀਂ ਆ ਕੇ ਲੈ ਜਾਂਦੇ ਹਾਂ, ਵੇਖਦੇ ਹਾਂ ਹੁਣ ਕਿ ਮਾਮਲਾਤ ਨੇ। ਬਾਕੀ ਪਤਾ ਚੱਲਿਆ ਕਿ ਇੱਕ ਮਹਿਮਾਨ ਵੀ ਆਇਆ, ਉਸ ਮਹਿਮਾਨ ਨੂੰ ਵੀ ਚੱਲ ਕੇ ਮਿਲਣੇ ਆ। ਲਓ ਜੀ, ਇਹ ਰੋ ਰੋ ਸੀ ਜਿਹਦਾ ਖਚ ਖਚ ਤੇ ਕੱਟ ਕੱਟ ਤੇ ਫਟ ਫਟ ਹੁੰਦਾ ਸੀ, ਹੁਣ ਜਨਾਬ ਗਿਆ ਪਾਣ,
ਦੋ ਸਾਨੂੰ ਮੁਬਾਰਕ ਕਮੈਂਟ ਚ ਹਲਾਰੇ ਬੜੇ ਲੱਗਦੇ ਹਨ, ਪੱਥਰ ਬੜਾ ਪਿਆ ਸੀ, ਟੁੱਟਾ ਸੀ, ਇਹ ਜਨਾਬ ਹੁਣ ਵਾਧੂ ਰੋਡ ਸਾਡੇ ਏਰੀਏ ਚ ਬਣ ਗਿਆ। ਹੁਣ ਤਾਂ 2 ਮਿੰਟਾਂ ਚ ਮਦਰਸੇ ਤੇ 2 ਮਿੰਟਾਂ ਚ ਘਰ। ਲਓ ਜੀ ਸਾਡਾ ਪ੍ਰਾਹੁਣਾ ਵੀ ਆਇਆ 3 ਮਹੀਨੇ ਸਾਡੇ ਕੋਲ ਜੀ, ਇਹ ਬੈਠੇ ਆ। ਉਹ ਸਿਆਣੇ ਆਉਂਦੇ ਨੇ ਚੰਗੀ ਮੰਦੀ ਸੱਜਣਾ ਕੋਲ ਹੋ ਜਾਂਦੀ ਤੇ ਗਿਲਾ ਸ਼ਿਕਵਾ ਨਾ ਕਦੀ ਕਰੀਏ ਅਸਲ ਪ੍ਰੀਤ ਜਿਨ੍ਹਾਂ ਦੀ। ਤੇ ਇਹ ਬੰਦਾ ਉਹ ਹੈ ਜਨਾਬ ਜਿਹਦੇ ਨਾਲ ਮੈਂ ਪ੍ਰੀਤ ਲਾ ਬੈਠਾ ਤੇ ਆਉਂਦਾ 4 ਮਹੀਨੇ ਤੇ ਆਉਂਦਾ ਮੈਂ ਮੌਲਵੀ ਕੱਲ ਆਇਆ ਹਾਂ, 4 ਮਹੀਨੇ ਬਾਅਦ ਆ ਕੇ ਮੈਂ ਕੱਲ ਆਇਆ ਹਾਂ। ਯਾਨੀ ਕਿ ਇਹਦਾ ਕੱਲ ਉਹ ਹੈ, ਜੇ ਕਿਤੇ ਇਹਦੇ ਨਾਲ ਹਧਾਰ ਵਿਹਾਰ ਕਰ ਲਈਏ ਤਾਂ ਕੁਛ ਵੀ ਆ ਕੇ ਪਰਸੋਂ ਪੈ ਦਾਂਗਾ ਤੇ ਦੇ 16 ਮਹੀਨਿਆਂ ਬਾਅਦ। ਨਹੀਂ ਇਹ ਸਾਡੇ ਨਹੀਂ, ਸਾਡਾ ਤੇ ਅੱਬੂ ਲੈ ਗਿਆ ਚੁੱਕੇ ਸੀ ਸਾਰਾ ਹੀ ਸਮਾਨ, ਉਹ ਰਹਿ ਗਿਆ ਸਾਡਾ ਬਾਲਣ, ਉਹ ਰੇਹੜੀ ਅੱਬੂ ਨੇ ਲਿਆਂਦੀ ਆ ਤੇ ਚੁੱਕ ਕੇ ਲੈ ਕੇ ਚੱਲਨੇ ਆ। ਲਓ ਬਾਈ ਸੱਜਣੋ ਚਾਏ ਗਈ ਆ, ਚਲੋ ਫੜ ਲਓ ਬਾਈ ਸਾਹਿਬ, ਲੈ ਲਓ ਥੋੜੀ ਜੀ। ਚਾਹ ਦਾ ਨਸ਼ਾ ਵੀ ਯਾਰੀ ਨਾਲ ਲੈ, ਚਾਹ ਨਾ ਮਿਲੇ ਤੇ ਬੰਦੇ ਸਕੂਨ ਨੀ ਹੁੰਦਾ, ਯਾਰ ਨਾ ਮਿਲੇ ਤੇ ਰਾਤ ਨੂੰ ਖਾਬਾ ਚੱਲਦਾ। ਲਓ ਬਈ ਦੋਸਤੋ ਬਾਲਣ ਆ ਗਿਆ ਸਾਡੇ ਘਰ, ਇਹ ਬਾਲਣ ਲੱਗਾ, ਆਓ ਫਿਰ ਤੁਹਾਨੂੰ ਫੱਟੀਆਂ ਵੀ ਵਿਖਾ ਲਈਏ। ਫੱਟੀਆਂ ਜੋੜੀਆਂ ਨੇ, ਹਲੇ ਫੱਟੀਆਂ ਨੇ ਥੋੜੀ ਥੋੜੀ ਸਿੱਲੀਆਂ। ਦਸਤੀ ਬੰਦਿਆਂ ਨੇ ਮਸ਼ਵਰਾ ਦਿੱਤਾ ਕਿ ਇਹਨੂੰ ਦਸਤੀ ਛੇਤੀ ਛੇਤੀ ਨਹੀਂ ਕਰਨਾ। ਇੱਕ ਇਹ ਵੀ ਫੱਟੀਆਂ ਨੇ, ਇਹ ਤੂੜੀ, ਇਹ ਵੇਖੋ ਨਾ ਸਾਡੀ ਤੂੜੀ, ਇਹ ਵੇਖੀ ਹੈ, ਇਹ ਤੂੜੀ 'ਚ ਰਲੀ ਹੈ ਮਿੱਟੀ। ਐਤਕਾਂ ਬਾਰਿਸ਼ਾਂ ਜਦੋਂ ਹੋਈਆਂ ਨੇ, ਹਾਂ ਜਦੋਂ ਹੋਈਆਂ ਨੇ ਐਤਕਾਂ ਬਾਰਿਸ਼ਾਂ, ਅਤੇ ਇਹ ਤੂੜੀ 'ਚ ਮਿੱਟੀ ਰਲ ਗਈ ਹੈ, ਠੀਕ ਹੈ ਨਾ। ਮਿੱਟੀ ਜ਼ਰਾ ਦਵਾਈ ਹੈ ਤੇ ਤੂੜੀ ਪੱਠੇ ਨਹੀਂ ਖਾਂਦੇ ਡੰਗਰ, ਤੇ ਉਹਦੇ ਵਾਸਤੇ ਇਹ 4-5 ਫਿੱਟੀਆਂ ਇਹ ਕੱਢੀਆਂ ਨੇ, ਇਹ ਪਾਵੇ ਕੱਢੇ ਨੇ। ਇਹਨਾਂ ਪਾਵਿਆਂ ਦੇ ਉੱਤੇ ਨਾ ਛਾਨਣਾ ਬਣਾਵਾਂਗੇ, ਛਾਨਣਾ ਜਾਲੀ ਲਾ ਕੇ ਨਾ ਤੇ ਖੜਾ ਕਰਾਂਗੇ ਖੁਰਲੀ ਨੂੰ, ਆ ਤੂੜੀ ਉਹਦੇ 'ਤੇ ਸੁੱਟ ਕੇ ਇਸ ਨਾਲ ਹੱਥ ਮਾਰੀ ਤੇ ਤੂੜੀ ਜਿਹੜੀ ਹੈ ਨਾ ਉਹ ਉੱਪਰ ਰਹਿ ਜਾਏਗੀ ਉਤਲੇ ਹਿੱਸੇ 'ਚ, ਅਤੇ ਮੱਟੀ ਜਿਹੜੀ ਹੈ ਨਾ ਉਹ ਥੱਲੇ ਡਿੱਗ ਜਾਏਗੀ। ਆਓ ਫਿਰ ਫੱਟੀਆਂ ਵੀ ਤੁਹਾਨੂੰ ਵਿਖਾ ਲਈਏ। ਅੱਬੂ ਤਾਂ ਮੈਨੂੰ ਲੱਗਦਾ ਕੁੰਡਾ ਲਾ ਕੇ ਸੌਂ ਗਿਆ ਉਹਦੇ ਅੰਦਰ ਵੜ ਕੇ। ਲਓ ਜੀ ਇਹ ਲਾ ਦਿੱਤੀਆਂ ਨੇ ਫੱਟੀਆਂ ਥੱਲੇ, ਠੀਕ ਹੈ ਜੀ, ਇਹ ਵਾਲੀਆਂ ਫੱਟੀਆਂ ਲਾ ਲਈਏ ਥੱਲੇ। ਇਹ ਜ਼ਰਾ ਗਿੱਲੀਆਂ ਨੇ, ਠੀਕ ਹੈ ਨਾ, ਇਹ ਗਿੱਲੀਆਂ ਫੱਟੀਆਂ ਨੇ, ਜ਼ਰਾ ਥੋੜ੍ਹੀਆਂ ਖੁਸ਼ਕ ਹੋਣਗੀਆਂ ਤਾਂ ਫਿਰ ਅਸੀਂ ਮੁਰਗੀਆਂ ਦੇ ਅਤੇ ਤੋਤਿਆਂ ਦੇ ਪਿੰਜਰੇ ਬਣਾਵਾਂਗੇ ਇੱਥੇ, ਠੀਕ ਹੈ ਸੱਜਣੋ ਬੇਲੀਓ। ਚਲੋ ਜੀ ਅੱਜ ਦਾ ਕੰਮ ਅਸੀਂ ਇੰਨਾ ਕੀਤਾ ਕਿ ਆਪਣੀਆਂ ਲੱਕੜਾਂ ਚੜਾਈਆਂ ਨੇ, ਚੜਾ ਕੇ ਬਾਲਣ ਬਣਾਇਆ, ਫੱਟੀਆਂ ਕਢਾਈਆਂ ਨੇ ਮੁਰਗੀਆਂ ਔਰ ਤੋਤਿਆਂ ਦੇ ਪਿੰਜਰਿਆਂ ਵਾਸਤੇ, ਅਤੇ ਨਾਲ ਹੀ ਹੋਰ ਵੀ ਛਾਨਣਾ ਇੱਕ ਬਣਾਵਾਂਗੇ
ਤੂੜੀ ਵਾਸਤੇ ਆਪਣੇ ਘਰ ਦੀ ਲੱਕੜ, ਜੇ ਸਾਰਾ ਸਮਾਨ ਅਸੀਂ ਬਣਾਈਏ ਤਕਰੀਬਨ ਸਾਡਾ 30,000 ਰੁਪਈਆ ਲੱਗਦਾ। ਅਤੇ ਇਹ ਸਾਡੀਆਂ ਲੱਕੜੀਆਂ ਆਪਣੀਆਂ ਘਰ ਦੀਆਂ ਨੇ, ਤਾਂ ਕਿਸੇ ਨੂੰ ਰੁਪਈਆ ਦਾਂਗੇ 4-5,000 ਅਤੇ ਜਨਾਬ ਆਪਣੇ ਘਰ ਦੇ ਇਹ ਮਾਮਲਾਤ ਨੂੰ ਹੈਂਡਲ ਕਰਾਂਗੇ। ਕਿਤੇ ਬੱਕਰੀ ਵਾਸਤੇ, ਕਿਤੇ ਬੱਕਰੇ ਵਾਸਤੇ ਅਸੀਂ ਬਣਾਵਾਂਗੇ। ਅੱਜ ਦੇ ਵਲੋਗ ਦਾ ਕਰਨੇ ਆ ਇਖਤਤਾਮ, ਅਖੀਰ, ਐਂਡ, ਸਕੂਨ, ਠੀਕ ਹੈ। ਅਤੇ ਹੁਣ ਜੁਮੇ ਦੀ ਨਹੀਂ, ਨਮਾਜ਼ ਜ਼ੁਹਰ ਦੀ ਕਰੀਏ ਤਿਆਰੀ, ਕੱਪੜੇ ਬਦਲੀਏ, ਨਹਾਈਏ। ਸਾਹਿਬਜ਼ਾਦੇ ਵੀ ਆਏ ਨੇ, ਵੇਖੋ ਵੀ ਉਹਨਾਂ ਨੇ ਵੀ ਕੰਮ ਨੇ ਪੇ ਰਿਹਾ। ਅਤੇ ਇੱਕ ਸਾਹਿਬਜ਼ਾਦੇ ਨੇ ਉੱਥੋਂ ਰੇਹੜੀਆਂ 'ਚ ਪਾ ਪਾ ਕੇ ਲਿਆਉਂਦੇ ਨੇ, ਅੱਬੂ ਜੀ ਨੇ ਨਾਲ ਜਨਾਬ ਲੱਗ ਕੇ ਸਾਰਿਆਂ ਨੇ ਜ਼ੋਰ ਜ਼ਾਰ ਦਿੱਤਾ। ਨਮਾਜ਼ ਜ਼ੁਹਰ ਦੀ ਕਰੀਏ ਤਿਆਰੀ, ਤੁਸੀਂ ਵੀ ਨਮਾਜ਼ ਜ਼ੁਹਰ ਦੀ ਤਿਆਰੀ ਕਰੋ, ਦੁਆਵਾਂ 'ਚ ਯਾਦ ਰੱਖਿਓ। ਜੇ ਨਮਾਜ਼ ਜ਼ੁਹਰ ਦਾ ਨਹੀਂ ਟਾਈਮ, ਤਾਂ ਜਿਹੜੀ ਨਮਾਜ਼ ਦਾ ਟਾਈਮ ਹੈ ਅੱਲਾ ਦੇ ਨੇਕ ਬੰਦੇ, ਉਹ ਨਮਾਜ਼ ਪੜ੍ਹ ਲਓ। ਜੇ ਫਜਰ ਵੇਲੇ ਮੈਨੂੰ ਵੇਖਦੇ ਹੋ ਤਾਂ ਫਜਰ ਪੜ੍ਹੋ, ਜੇ ਜ਼ੁਹਰ ਵੇਲੇ ਵੇਖਦੇ ਹੋ ਜ਼ੁਹਰ ਪੜ੍ਹੋ, ਅਸਰ ਵੇਲੇ ਵੇਖਦੇ ਹੋ ਅਸਰ ਪੜ੍ਹੋ, ਮਗਰ ਵੇਲੇ ਵੇਖਦੇ ਹੋ ਮਗਰ ਪੜ੍ਹੋ, ਇਸ਼ਾ ਵੇਲੇ ਵੇਖਦੇ ਹੋ ਇਸ਼ਾ ਪੜ੍ਹੋ, ਅਤੇ ਜੇ ਜਨਾਬ ਤਹੱਜਦ ਵੇਲੇ ਵੇਖਦੇ ਹੋ ਤਾਂ ਤਹੱਜਦ ਪੜ੍ਹ ਕੇ ਮੇਰੇ ਹੱਕ ਅੰਦਰ ਵੀ ਦੁਆ ਕਰਨੀ ਹੈ ਅਤੇ ਆਪਣੇ ਹੱਕ ਅੰਦਰ ਵੀ ਦੁਆ ਕਰਨੀ ਹੈ। ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਸਾਡੀ ਫੈਮਿਲੀ ਦੀ ਦੁਆ ਮੰਗਣੀ ਹੈ ਕਿ ਅੱਲਾ ਪਾਕ ਸਿਹਤ ਦੇ, ਆਪਣੇ ਹਿਫਜ਼ ਇਮਾਨ 'ਚ ਰੱਖੇ, ਸਾਰੇ ਲੋਕਾਂ ਨੂੰ ਇੱਜ਼ਤ ਵਾਲੀ ਜ਼ਿੰਦਗੀ ਅਤਾ ਕਰੇ। ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ, ਸਾਡੇ ਹੱਕਾਂ ਦਾ ਦੁਆ ਕਰਨੀ ਹੈ। ਇਨਸ਼ਾਅੱਲਾ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਅੱਗੋਂ ਨਵੇਂ ਵਿਲਾਗ ਨਾਲ ਇਮਤਿਆਜ਼ ਵਾਲੀ ਸੰਗੀਤ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਏਗਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਅਤੇ ਉਨੀ ਦੇਰ ਤੱਕ ਦੋ ਇਜਾਜ਼ਤ, ਅੱਲਾ ਨਿਗਹਿਬਾਨ।